ਤੇ ਤੁਹਾਡਾ ਜਨਮ ਕਿੱਥੇ ਹੋਇਆ ਸੀ? ਰਿਆਸਤ ਚ ਆਇਆ ਸੀ, ਜੰਮੂ ਦੇ ਵਿੱਚ। ਜੰਮੂ ਨੇ ਬੰਦੇ ਦਿੱਤੇ ਹੈ। ਤੇ ਕੀ ਪਿੰਡ ਦਾ ਨਾਂ ਕੀ ਸੀ? ਸਾਡਾ ਪਿੰਡ, ਉਹ ਸਾਡਾ ਪਿੰਡ ਜਿਹੜਾ ਸੀ ਕੋਟਕੁੱਬਾ ਸੀ। ਕੋਟਕੁੱਬਾ? ਹਾਂ, ਉਹ ਪਹਿਲਾਂ ਤਲੇਵਾ ਸੀ ਨਾ, ਤਲੇਵੇ ਦੇ ਨਾਲ। ਅੱਛਾ, ਮੈਨੂੰ ਇਹ ਦੱਸੋ ਹੁਣ ਕਿ ਜਿਹੜਾ ਪਿੰਡ ਸੀ ਕੋਟਕੁੱਬਾ, ਰਿਆਸਤ ਜੰਮੂ ਚ, ਯਾਦ ਆਉਂਦਾ? ਰਾਤ ਰਿਹਾ ਉੱਥੇ ਖਾਬ ਚ, ਮਾਮੇ ਦੀ ਮੈਨੂੰ ਮਿਲ ਪਈ ਉੱਥੇ, ਫਿਰ ਬੰਦਿਆਂ ਨੂੰ ਪਾਲ ਲੱਗਿਆ, ਉੱਥੇ ਧਰਿਆ, ਉਹ ਉੱਥੇ ਅੱਗ ਲੱਗ ਗਈ ਸਮਾਨ ਨੂੰ, ਅੱਗ ਲਾ ਕੇ ਸਾਲ ਗਈ। ਅੱਗ ਕਿਹਨੇ ਲਾਈ? ਹਿੰਦੂ ਆਏ ਆ। ਅਤੇ ਕੱਚਾ ਮਕਾਨ ਜਿਹੜਾ ਹੁੰਦਾ ਸੀ ਨਾ ਬਾਹਰੋਂ ਆਉਣਾ ਨਾ ਗਰਮੀ 'ਚ, ਅੰਦਰ ਆ ਕੇ ਬਹਿਣਾ, ਠੰਡ ਪੈ ਜਾਣੀ, ਠੰਡ ਪੈ ਜਾਣੀ। ਅਸਲਾਮ ਵਾਲੇਕੁਮ ਜੀ, ਮੈਂ ਔਰੰਗਜ਼ੇਬ ਬੇਗ ਔਰ ਤੁਸੀਂ ਵੇਖ ਰਹੇ ਹੋ ਮੀਡੀਆ ਟਾਪ। ਅੱਜ ਸਾਡੇ ਕੋਲ ਇੱਕ ਐਸੇ ਬਜ਼ੁਰਗ ਮੌਜੂਦ ਨੇ ਕਿ ਜਿਹੜੇ ਜਿਨ੍ਹਾਂ ਦੀ ਉਮਰ ਤਕਰੀਬਨ 100 ਦੇ ਨੇੜੇ ਹੈਗੀ ਹੈ, ਅਤੇ ਉਹਨਾਂ ਨਾਲ ਗੱਲਬਾਤ ਦਾ ਆਗਾਜ਼ ਕਰਨੇ ਆ ਕਿ ਉਹ ਕੀ ਜਾਣਦੇ ਨੇ ਜਦੋਂ ਪਾਕਿਸਤਾਨ ਬਣਿਆ। ਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਅੱਛਾ ਚਾਚਾ ਜੀ, ਥੋੜ੍ਹਾ ਜਿਹਾ ਉੱਚੀ ਤੁਸੀਂ ਬੋਲਣਾ, ਠੀਕ ਹੈ? ਅੱਛਾ, ਮੈਨੂੰ ਇਹ ਦੱਸੋ ਤੁਹਾਡਾ ਨਾਂ ਕੀ ਹੈ? ਨਾਮ ਮੇਰਾ ਫਾਜ਼ਲ ਖਾਨ। ਫਾਜ਼ਲ ਖਾਨ? ਅਤੇ ਵਾਲਦ ਸਾਹਿਬ ਦਾ ਨਾਂ ਕੀ ਹੈ? ਅਲੀ ਅਕਬਰ। ਅਲੀ ਅਕਬਰ। ਅਤੇ ਤੁਹਾਡਾ ਜਨਮ ਕਿੱਥੇ ਹੋਇਆ ਸੀ? ਜਨਮ ਰਿਆਸਤ 'ਚ ਹੋਇਆ ਸੀ, ਜੰਮੂ ਦੇ ਵਿੱਚ। ਜੰਮੂ ਨੇ ਬੰਨੇ ਦਿੱਤੇ ਹੈ। ਅਤੇ ਕੀ ਪਿੰਡ ਦਾ ਨਾਂ ਕੀ ਸੀ? ਸਾਡਾ ਪਿੰਡ, ਉਹ ਸਾਡਾ ਪਿੰਡ ਜਿਹੜਾ ਸੀ ਕੋਟਕੁੱਬਾ ਸੀ। ਕੋਟਕੁੱਬਾ? ਹਾਂ, ਉਹ ਪਹਿਲਾਂ ਤਲੇਵਾ ਸੀ ਨਾ, ਤਲੇਵੇ ਦੇ ਨਾਲ। ਤਲੇਵੇ ਨਿਕਲ ਕੇ ਆਏ ਹਾਂ, ਉਹ ਇੱਥੇ ਹੁੰਦੇ ਹਨ ਮਤਲਬ। ਅਤੇ ਇੱਥੇ ਫਿਰ ਆਏ ਜਾ ਜ਼ਮੀਨ ਇੱਥੇ 5-7 ਮਤਲਬ ਬਣਾ ਲਏ, ਕਿਉਂਕਿ ਪਿੰਡਾਂ ਬੜਾ ਦੂਰ ਸੀ। ਕੋਟ ਜ਼ਮੀਨ ਬਣਾਈ? ਹਾਂ, ਇੱਥੇ ਬਣਾਈ ਸਾਡਾ ਵੱਡਾ ਜਿਹੜਾ ਸੀ ਨਾ, ਕੀ ਉਹਦਾ ਨਾਂ ਸੀ, ਤੁਹਾਡੀ ਕਿੰਨੀ ਜ਼ਮੀਨ ਸੀ ਇੱਥੇ ਕੋਟ? ਸਾਡੇ ਪੂਰਾ ਮੁਰੱਬਾ ਜ਼ਮੀਨ ਸੀ, ਜਦੋਂ ਪਾਕਿਸਤਾਨ ਬਣਿਆ ਛੱਡ ਕੇ ਆਇਓ? ਹਾਂ, ਛੱਡ ਗਿਆ ਮੁਰੱਬਾ ਜ਼ਮੀਨ। ਤੇ ਮੈਨੂੰ ਇਹ ਦੱਸੋ ਕਿ ਤੁਹਾਡੀ ਉਮਰ ਉਦੋਂ ਕਿੰਨੀ ਕੁ ਸੀ ਜਦੋਂ ਪਾਕਿਸਤਾਨ ਬਣਿਆ? ਪਾਕਿਸਤਾਨ ਬਣਿਆ ਉਦੋਂ ਮੇਰੀ ਉਮਰ 21 ਕੁ ਸਾਲ ਹੋਣੀ ਮੈਂ। ਅੱਛਾ, 21 ਕੁ ਸਾਲ? ਹਾਂ, 21 ਸਾਲ। ਤੇ ਹੁਣ ਤੇ ਤੁਹਾਡੀ 97-98 ਸਾਲ ਦੇ ਲਾਗੇ ਚਾਗੇ ਹੋ ਗਈ ਉਮਰ। ਹਾਂ ਹਾਂ। ਅੱਛਾ, ਤੇ ਤੁਹਾਨੂੰ ਚੰਗੀ ਭਲੀ ਫਿਰ ਸੰਭਾਲ ਹੋਣੀ ਹੈ ਉਸ ਪਿੰਡ ਦੀ? ਹਾਂ, 10 ਸਾਲ ਵਾਹੀ ਕਰਦਾ ਰਿਹਾ, ਹਾਲ ਬਣਦਾ ਰਿਹਾ, ਸਾਰੇ ਕੰਮ ਕਰਦਾ ਰਿਹਾ ਮੈਂ। ਉਸ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਕੌਮਾਂ ਸਨ? ਕੌਮਾਂ ਸਿਰਫ ਪਠਾਣ ਹੀ ਸਨ, ਅਤੇ ਜਾਂ ਉਹ ਦੋ ਤਿੰਨ ਘਰ ਪਟਰੋਲਾਂ ਦੇ ਹਨ ਜਿਹੜਾ ਦੀਨਦਾਰ ਹੁਣ ਹੋ ਗਏ ਨੇ, ਅਤੇ ਜਾਂ ਝੂਰਾਂ ਦੇ ਘਰ ਸਨ। ਝੂਰਾਂ ਦੇ ਘਰ ਸਨ? ਹਾਂ, ਜਿਹੜੇ ਡੋਲੇ ਛੋਲੇ ਬੰਨਦੇ ਹਨ ਨਾ, ਡੋਲੀ ਝੁਕਣੀ ਵਿਆਹ ਦੇ, ਵਿਆਹ ਦੀ ਡੋਲੀ, ਉਹ ਤਰਾਇਆ ਘਰ 'ਚ ਆ, ਅਤੇ ਉਹਨਾਂ ਦੁਕਾਨਾਂ ਪਾਈ ਹੋਈ ਜੰਮੂ, ਕਿਉਂਕਿ ਮੈਂ ਜੰਮੂ ਵੀ ਜਾਂਦਾ ਰਿਹਾ ਨਾ, ਅਤੇ ਉੱਥੇ ਉਹਨਾਂ ਕੋਲ ਮੇਰਾ ਰਾਤ ਰਹਿ ਗਿਆ, ਕਿਉਂਕਿ ਉਹ ਵਾਕਫ ਸਨ, ਅਤੇ ਉਹਨਾਂ ਕੋਲ ਜਾ ਕੇ ਰਹਿਣਾ। ਜਿਹੜੇ ਝੂਰ ਸਨ ਤੁਹਾਡੇ ਪਿੰਡ ਦੇ, ਇਹਨਾਂ ਦਾ ਜੰਮੂ ਕਾਰੋਬਾਰ ਸੀ? ਹਾਂ, ਕਾਰੋਬਾਰ ਉੱਥੇ ਦੁਕਾਨਾਂ ਰੱਖੀਆਂ, ਅੰਨ ਪਾਣੀ ਸਾਰਾ ਕਾਰੋਬਾਰ ਉੱਥੇ ਰੱਖਿਆ। ਅਤੇ ਜਿਹੜਾ ਤੁਹਾਡੇ ਪਿੰਡ ਮਤਲਬ ਲਾਗੇ ਜਾਗੇ ਦੇ ਪਿੰਡ ਕਿਹੜੇ ਕਿਹੜੇ ਹੈਗੇ ਸਨ? ਪਿੰਡ ਸਾਡੇ ਨਾ ਪਹਿਲੋਂ ਆਉਂਦਾ ਜੀ ਨਾ ਤਲੇਵਾ, ਫਿਰ ਆ ਗਿਆ ਕੋਲਡਾ, ਫਿਰ ਅੱਗੇ ਗੋਰੀ ਚੱਕ ਤਲਾ ਪਿੰਡ, ਇਹ ਆ ਗਏ ਪਠਾਣਾ ਦੇ। ਅੱਗੇ ਫਿਰ ਆ ਗਿਆ ਨਾ ਚਿੰਗੀਆ, ਨਦੀਆ, ਅਤੇ ਅੱਗੇ ਫਿਰ ਇਸ ਬੰਨੇ ਫਿਰ ਪਾਕਿਸਤਾਨ ਦੇ ਪਿੰਡ ਆ ਗਏ ਨਾ ਸੰਘਿਆਲ, ਅਤੇ ਬੁੱਲੇ, ਖੋਖਰ, ਅਤੇ ਜਮਾਲ ਜੰਦ,
ਇਹ ਚਾਰ ਪਿੰਡ ਪੰਜ ਸਨ ਉਸ ਦਾ ਇਹ ਮਤਲਬ ਕਿ ਇੱਕ ਚਾਰ ਛੇ ਪਿੰਡ ਸਨ ਅੱਛਾ ਸਾਡੇ ਪਿੰਡ ਜਿਵੇਂ ਆ ਅਤੇ ਮੈਨੂੰ ਇਹ ਦੱਸੋ ਕਿ ਉਹ ਪਿੰਡ ਦੇ ਵਿੱਚ ਲੋਕਾਂ ਦੇ ਕੱਚੇ ਘਰ ਸਨ ਜਾਂ ਪੱਕੇ ਸਨ ਜਾਂ ਰਲੇ ਮਿਲੇ ਸਨ ਕੱਚੇ ਜਿਹੜੇ ਹਨ ਖੱਤਰੀਆਂ ਦੇ ਉਹ ਪੱਕੇ ਮਕਾਨ ਸਨ ਅਤੇ ਜਿਹੜੇ ਜ਼ਿਮੀਂਦਾਰਾਂ ਦੇ ਹਨ ਉਹ ਕੱਚੇ ਸਨ ਅਤੇ ਕੱਚਾ ਮਕਾਨ ਜਿਹੜਾ ਹੁੰਦਾ ਸੀ ਨਾ ਬਾਹਰੋਂ ਉਹਨਾਂ ਨੇ ਗਰਮੀ 'ਚ ਅੰਦਰ ਆ ਕੇ ਬਹਿਣਾ ਠੰਡ ਪੈ ਜਾਣੀ ਠੰਡ ਪੈ ਜਾਣੀ ਹੁਣ ਅੰਦਰ ਆ ਹੁਣ ਅੰਦਰ ਆ ਉਹ ਤੇ ਅੱਗ ਪੈ ਜਾਂਦੀ ਅੱਗ ਪੈ ਜਾਂਦੀ ਅੱਛਾ ਅਤੇ ਖੱਤਰੀ ਜਿਹੜੇ ਨੇ ਤੁਹਾਡੇ ਪਿੰਡ ਕੋਈ ਨਹੀਂ ਸੀ ਹੁੰਦਾ ਖੱਤਰੀ ਕੋਈ ਨਹੀਂ ਹੁੰਦਾ ਚੋਰਾਂ ਦਾ ਘਰ ਹੀ ਯਾਦ ਆਉਣਾ ਅਤੇ ਤੁਹਾਡੇ ਪਿੰਡ ਉੱਥੇ ਲੰਬੜਦਾਰ ਕੌਣ ਹੁੰਦਾ ਸੀ ਉੱਥੇ ਬੰਦਾ ਅਸੀਂ ਲੰਬੜਾਂ ਦਾ ਟੱਬਰ ਹੀ ਹਾਂ ਅੱਛਾ ਤੁਸੀਂ ਲੰਬੜਦਾਰ ਲੰਬੜਾਂ ਦਾ ਸਾਡਾ ਭਰਿਆ ਸੀ ਨਾ ਉਹ ਲੰਬੜਦਾਰ ਉਹਦੇ ਕੋਲ ਹਟਦਾ ਨਹੀਂ ਸੀ ਫਿਰ ਸਾਡਾ ਪਿਓ ਕਰਦਾ ਸੀ ਠੀਕ ਹੋ ਗਿਆ ਅਤੇ ਜਦੋਂ ਮਤਲਬ ਤੁਸੀਂ ਉੱਥੇ ਰਹਿੰਦੇ ਹੁੰਦੇ ਸੋ ਅਤੇ ਪਾਕਿਸਤਾਨ ਤੋਂ ਪਹਿਲਾਂ ਹਿੰਦੂਆਂ ਸਿੱਖਾਂ ਨਾਲ ਲੜਾਈਆਂ ਝਗੜੇ ਵੀ ਹੁੰਦੇ ਸਨ ਉਦੋਂ ਪਹਿਲਾਂ ਜਦੋਂ ਹਰੇ ਰੌਲੇ ਨਹੀਂ ਹਨ ਪਏ ਨਹੀਂ ਨਹੀਂ ਉਦੋਂ ਲੜਾਈ ਕਾਮਾ ਹੋ ਜਾਂਦਾ ਕੋਈ ਸਿੱਖ ਗਿਆ ਕਿ ਵਿਸਾਖੀ ਅਤੇ ਉਹਨੇ ਆਖਣਾ ਵਿਸਾਖੀ ਦਾ ਰੰਗ ਹੀ ਨਹੀਂ ਹੋਈ ਅਸੀਂ ਕਿਤੇ ਮਾਰੀ ਦਾਗ ਰੱਖ ਕੇ ਲਹੂ ਕੱਢ ਦਿੱਤਾ ਰਾਜਾ ਹੋ ਸਵਾਲ ਹੈ ਸ਼ਰਾਰਤ ਨਹੀਂ ਅੱਛਾ ਉਂਝ ਲੜਾਈ ਕੋਈ ਨਹੀਂ ਨਹੀਂ ਉਂਝ ਨਹੀਂ ਝਗੜਾ ਝੁਗੜਾ ਕੋਈ ਨਹੀਂ ਅਸਲ ਬੇਨਤੀ ਨਹੀਂ ਗਾ ਦਿੰਦੇ ਹਨ ਕਿਸੇ ਨੇ ਬੰਨੇ ਤੋਂ ਝਗੜਨ ਲੱਗ ਪੈਣਾ ਕਿਸੇ ਨੇ ਕਿਸੇ ਮਤਲਬ ਉਹ ਤਾਂ ਚਲੋ ਇੱਥੇ ਅੱਜ ਵੀ ਲੋਕ ਝਗੜ ਪੈਂਦੇ ਨਾ ਝਗੜਾ ਉਦੋਂ ਜਦੋਂ ਰੌਲੇ ਪੈ ਗਏ ਅਤੇ ਤੁਹਾਨੂੰ ਉੱਥੋਂ ਉੱਠਣ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਪਤਾ ਲੱਗ ਗਿਆ ਕਿ ਰੌਲੇ ਪੈ ਗਏ ਨੇ ਪਤਾ ਤਾਂ ਪਹਿਲੇ ਦਿਨ ਲੱਗ ਗਿਆ ਸੀ ਕਿਉਂਕਿ ਜਿੱਦਾਂ ਸਾਡੇ ਬੰਦਾ ਇੱਕ ਮਾਰਿਆ ਗਿਆ ਸੀ ਨਾ ਇਹ ਫਿਰ ਉਹ ਤਰੇਵੇ ਆਉਂਦਾ ਉਹ ਕੋਈ ਮੁਸਲਮਾਨ ਸੀ ਹਾਂ ਮੁਸਲਮਾਨ ਸਾਰੇ ਆਉਂਦੇ ਹਨ ਨਾ ਪਏ ਅਤੇ ਉਹਨੂੰ ਗੋਲੀ ਮਾਰ ਕੇ ਦੋ ਬੰਦੇ ਮਾਰ ਕੇ ਲਿਆ ਗੋਲੀ ਕਿਹਨੇ ਮਾਰੀ ਫੌਜ ਨੇ ਫੌਜ ਨੇ ਹਿੰਦੂਆਂ ਨੇ ਅੱਛਾ ਹਿੰਦੂ ਵੀ ਤਾਂ ਮੁਸਲਮਾਨ ਵਿੱਚ ਲੱਗਦੇ ਉਹ ਬਥੇਰਾ ਆਖਣ ਉਹ ਅਸੀਂ ਤੁਹਾਡੇ ਮਾਰ ਕੇ ਫਿਰ ਇੰਨੇ ਪਏ ਹਾਂ ਤੁਸੀਂ ਕੱਲ੍ਹ ਨੂੰ ਜਾਂਦੇ ਹੋ ਪਏ ਹੈਂ ਇਹ ਨਾ ਮੁੜਨ ਇਹ ਕਹਿੰਦਾ ਜਾਣਾ ਪਾਕਿਸਤਾਨ ਹਾਂ ਬੰਦੇ ਉਹ ਗਥਾ ਪੈਣ ਲੱਗਾ ਉੱਥੇ ਵੀ ਅਸਲ ਸਿੱਧੂ ਨਹੀਂ ਖੇਡਦੇ ਹਨ ਇਹ ਪਾਕਿਸਤਾਨ ਦਾ ਇਹ ਜਾਂਦੇ ਹਨ ਗਥਾ ਬਣ ਕੇ ਲੁੱਟਣ ਕੋ ਲੁੱਟਣ ਕੌਣ ਸੰਗਿਆਲਾ ਦੇ ਡੰਡਾ ਦੇ ਯਾਨੀ ਜਿਹੜਾ ਪਾਕਿਸਤਾਨ 'ਚ ਪਿੰਡ ਨੇ ਇਹ ਲੋਕ ਜਾਣਾ ਵੀ ਉੱਥੋਂ ਲੁੱਟ ਲੁੱਟ ਲਿਆਈਏ ਹਾਂ ਲੁੱਟ ਲਿਆਉਣਾ ਨਾਲ ਗਥੇ ਬਣ ਕੇ ਬਣਾ ਬਣਾ ਜਾਣਾ ਅਤੇ ਉਹ ਫਿਰ ਅਗੋਂ ਉਹਦੇ ਫਿਲਹਾਲ ਫਿਰ ਇਹਨਾਂ ਇਹਨਾਂ ਉਹਨਾਂ ਨੂੰ ਕੁੱਟਦੇ ਰਹੇ ਹੁੰਦੇ ਉਹਨੇ ਇੱਥੇ ਉਹ ਸਾਨੂੰ ਲਾ ਕੇ ਪੁੱਟੋ ਅਤੇ ਛੇੜ ਪੈ ਗਈ ਛੇੜ ਪੈ ਗਈ ਤਾਂ ਅੱਛਾ ਫਿਰ ਬਸ ਫਿਰ ਆਉਣਾ ਪੈ ਗਿਆ ਫਿਰ ਤੁਹਾਨੂੰ ਨਹੀਂ ਤਾਂ ਕਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਪਿੰਡ ਛੱਡਣਾ ਪੈਣਾ ਸਲਾਹ ਕੀਤੀ ਕੋਈ ਪਿੰਡ ਵਾਲਿਆਂ ਨਾ ਕੋਈ ਸਲਾਹ ਵੀ ਕੋਈ ਨਹੀਂ ਇੱਕ ਰਾਤ ਕੇ ਦੋ ਰਾਤਾਂ 14 ਅਗਸਤ ਨੂੰ ਹਾਂ ਉਹ ਆਖਣ ਲੱਗੇ ਭਾਈ ਨਾ ਸਿੱਖਾਂ ਦੇ ਭੈਣ ਅਸੀਂ ਸਾਈ ਰਾਤ ਜਾਗਦੇ ਅਸੀਂ ਜਾਗਦੇ ਰਹੇ ਕਿਸੇ ਨੇ ਕਹਿ ਦਿੱਤਾ ਕਿ ਜੀ ਪਿੰਡ 'ਚ ਹਮਲਾ ਹੋ ਜਾਣਾ ਅਤੇ ਤੁਸੀਂ ਜਾਗਦੇ ਰਹੇ ਫਿਰ ਹੋਇਆ ਹਮਲਾ ਨਹੀਂ ਅਸੀਂ ਫਿਰ ਉੱਠ ਕੇ ਨਿਕਲ ਆਏ ਅਸੀਂ ਫਿਰ ਚੋਰ ਆਏ ਜਾਂਦੇ ਕਿਉਂਕਿ ਮੈਂ ਕਿਹਾ ਇੱਥੇ ਹੁਣ ਰਹਿਣ ਦਾ ਫਾਇਦਾ ਹੀ ਕੋਈ ਸਾਨੂੰ ਕਿਉਂ ਸਮਾਨ ਲਿਆ ਕੇ ਉੱਥੇ ਬੁੱਢੇ ਰੱਖਿਆ ਬੁੱਢੇ ਪਿੰਡ ਹੈ ਪਾਕਿਸਤਾਨ 'ਚ ਸੀ ਆਹੋ ਪੈਦਲ ਹੀ ਪੈਦਲ ਮੀਲ ਪੈਂਦਾ ਸਾਡਾ ਪਿੰਡ ਦਾ ਬਾਰਡਰ 'ਤੇ ਹਾਂ ਉੱਥੇ ਧਰਿਆ ਅਤੇ ਉਹ ਉੱਥੇ ਅੱਗ ਲੱਗ ਗਏ ਸਮਾਨ ਨੂੰ ਸਮਾਨ ਨੂੰ ਅੱਗ ਲਾ ਕੇ ਸਾੜ ਗਏ ਅਤੇ ਅੱਗ ਕਿਹਨੇ ਲਾਈ ਹਿੰਦੂਆਂ ਨੇ ਤੁਸੀਂ ਸਾਰਾ ਆਪਣਾ ਸਮਾਨ ਕੱਢ ਕੇ ਅਤੇ ਬਾਰਡਰ 'ਤੇ ਰੱਖਿਆ ਅਤੇ ਉੱਥੇ ਉਹਨਾਂ ਅੱਗ ਲਾ ਛੱਡੀ ਜਗ੍ਹਾ ਪਿਆ ਗਿਆ ਬੰਦਾ ਬੰਦਾ ਵੀ ਇੱਕ ਦੋ ਮਾਰ ਗਏ ਤੁਹਾਡਾ ਵੀ ਕੋਈ ਰਿਸ਼ਤੇਦਾਰ ਮਰਿਆ ਸਾਡਾ ਦਰਵੇਸ਼ ਹੀ ਬੰਦਾ ਉਹ ਮਾਰਿਆ ਗਿਆ ਅੱਛਾ
ਫਿਰ ਆਏ ਕੌਣ ਕੌਣ ਸੀ ਤੁਹਾਡੇ ਟੱਬਰ 'ਚ ਕੌਣ ਕੌਣ ਸੀ? ਅਸੀਂ ਵੀ ਸਰ ਅਸੀਂ ਪਰਿਆ ਮਾਂ ਪੁੱਤ ਰਹੇ ਆ, ਇੱਕ ਮਾਂ ਸੀ ਦੋ ਸੀ ਭਰਾ ਸਾ। ਪਿਓ ਤੁਹਾਡੇ ਜਿਹੜੇ ਸੰਭਾਲ ਸਾਹਿਬ ਉਹ ਸਾਡੇ ਨਾ ਪਿੱਲੀ ਵੇਖ ਜਦੋਂ ਫੌਤ ਹੋ ਗਏ। ਅੱਛਾ, ਬਚਪਨ 'ਚ ਫੌਤ ਹੋ ਗਏ ਅਤੇ ਤੁਸੀਂ ਦੋ ਭਾਈ ਯਾਨੀ ਕਿ ਫਾਜ਼ਲ ਖਾਂ ਨਾਜ਼ਰ ਖਾਂ ਭਾਈ ਕਾਦਰ ਖਾਂ। ਅੱਛਾ, ਗੁਰਪਿਆਰਾ ਠੀਕ ਹੈ, ਉਹ 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 ਸਾਨੂੰ ਪਿਓ ਸਕਿਆ ਤਾਂ ਮਾਂ ਮਤਰਿਆ। ਠੀਕ ਹੈ, ਚਲੋ ਭਰਾ ਹੀ ਹੈ। ਖੁਫੀ ਬਖਤਾਵਾਰ ਵੀ ਨਾਲ ਹੀ ਸੀ? ਅੱਛਾ, ਅਸੀਂ ਆਉਂਦੇ ਪਏ ਆ ਅਤੇ ਮੈਂ ਉਹਨੂੰ ਭੈਣ ਨੂੰ ਆਖਿਆ ਬੈਠਾ ਆ ਰਿਹਾ ਅਤੇ ਮੈਨੂੰ ਬਲਬ ਦੇ, ਉਹ ਬਲਬ ਲੈ ਆਏ ਆ। ਉਹ ਬੇਬੇ ਬੈਠੀ ਦੇ ਕੱਪੜਾ ਪਾਇਆ ਜਾ ਅਤੇ ਉਹਦਾ ਮੁੰਡਾ ਉਹਦੇ ਕੋਲ ਬਲੇਟੋ ਲਿਆ, ਮੁੰਡਾ ਉਹਦੇ ਹੁੱਕਾ ਉਹਦੇ ਨਾਲ ਮੈਨਾਂ ਮੈਂ ਭਿੱਡੂ ਵੀ ਇੱਕ ਭਿੱਡੂ ਸੀ, ਇੱਕ ਵੇਲਾ ਸੀ ਕੁਰਬਾਨੀ ਲਾ ਰੱਖਿਆ ਅਤੇ ਭਿੱਡੂ ਰੱਖਿਆ ਸੀ ਟਕਰਾ ਵਾਸਤੇ। ਉਹ ਬਸ ਨਾ ਉਹ ਮਾਂ ਮੈਨੂੰ ਲੈ ਕੇ ਕਿੱਲਾ ਕੇ ਬਹੁਤ ਤੁਰ ਗਈ ਹੈ, ਚਲੋ ਜਾਂਦਾ ਰਲ ਪਿਆ। ਮੈਂ ਚਲੋ ਉਹਨੂੰ ਮਾਂ ਨੂੰ ਮੈਂ ਵੀ ਜਾ ਲਿਆ ਬਲੋਂ ਫੜ ਕੇ, ਦੋ ਬੰਦੇ ਸਿੱਧੇ ਮੇਰੇ ਅੰਦਰ ਆਏ ਨੇ। ਜਦੋਂ ਉਹਨੇ ਬਲੋ ਵੇਖੀ ਨਾ ਉਹ ਆਇਆ ਸਾਡੇ ਉੱਥੇ ਤਲਵਾਰ ਵਾਲੇ ਤੋਂ ਦੂਰੋਂ ਦੇ ਨਹੀਂ ਸੁਣਿਆ ਹੁਣ, ਯਾਨੀ ਬਲਮ ਜਿਹੜੀ ਉਹ ਡਾਂਗ ਹੁੰਦੀ ਹੈ। ਅੱਛਾ, ਬਚ ਗਏ ਮਤਲਬ ਦੌੜਨਾ ਮੈਂ ਦੱਬ ਗਿਆ। ਅਤੇ ਫਿਰ ਤੁਹਾਡੀ ਵਾਲਦਾ ਅਤੇ ਤੁਹਾਡੇ ਭਾਈ ਤੁਸੀਂ ਜਿਹੜਾ ਨਾ ਪਾਕਿਸਤਾਨ ਆ ਗਏ? ਪਾਕਿਸਤਾਨ ਆ ਗਏ ਸਮਾਨ ਕੀ ਆਉਂਦਾ? ਸਮਾਨ ਸਾਡੇ ਸੁਣ ਗਿਆ ਉੱਥੇ ਗਿਆ, ਉਹ ਸਾੜ ਛੱਡਿਆ ਉਹਨਾਂ ਨੇ ਸਾਲ। ਅਸੀਂ ਤਾਂ ਇੱਥੇ 10 ਵਜੇ ਰਾਤ 8-9 ਵਜੇ ਰਾਤ ਦੇ ਫਿਰ ਪੁੱਜੇ। ਅੱਛਾ, ਮੈਨੂੰ ਇਹ ਦੱਸੋ ਕਿ ਜੰਮੂ ਤੋਂ ਜਦੋਂ ਤੁਸੀਂ ਆਏ ਜਾਂ ਤੁਸੀਂ ਉੱਥੇ ਵੇਹਦੇ ਹੋ ਤਾਂ ਉਦੋਂ ਮਾਰਕੀਟਾਂ ਜਾਂ ਲਾਗੇ ਜਾ ਕੇ ਸ਼ੁਰੂ ਹੋ ਗਈਆਂ ਸਨ? ਆਹੋ, ਖ਼ਬਰਾਂ ਜਣੀ ਕਰਨੀਆਂ ਖ਼ਬਰਾਂ ਹੁੰਦੀਆਂ ਹਰ ਭਾਈ ਇਹ ਜਥਾ ਪੈਰ ਲਗਾ ਇਹ ਜਥਾ ਪੈਰ ਲਗਾ, ਤੂੰ ਫਿਰ ਬੰਦਿਆਂ ਜਾਗਦੇ ਰਹਿ ਰਾਤ ਸਾਰੇ ਕਹਿੰਦੇ ਨੇ। ਬੀਬੀਆਂ ਨੂੰ ਵਾਹ ਵੀ ਕਰ ਲੈਂਦੇ ਹੁੰਦੇ ਹਨ, ਹੋਇਆ ਵੀ ਇਸ ਤਰ੍ਹਾਂ ਵੀ ਕੁਝ? ਨਹੀਂ, ਉਹ ਜੰਮੂ ਹੋਇਆ ਹੋਇਆ। ਅੱਛਾ, ਸਹੀ ਜੰਮੂ ਤੁਹਾਡੇ ਇਲਾਕੇ 'ਚ ਨਹੀਂ? ਸਾਡੇ ਨਾ ਸਰਦਾਰ ਖਾਨ ਸਾਡੇ ਤੋਂ ਜਾਣਦੇ ਵੀ ਨੇ, ਸਰਦਾਰ ਖਾਨ ਜਾਣਦੇ ਜਾਣਦੇ ਹਾਂ, ਵੇਖਿਆ ਮਤਲਬ ਵੇਖਿਆ ਛੋਟੇ ਹੁੰਦੇ ਸਾਰੇ ਉਹਦੇ ਭੈਣਾਂ ਭਰਾ ਸਨ ਪੰਜਾਬੀਆਂ ਉਹਨਾਂ ਦੀਆਂ, ਉਹ ਮਾਰੇ ਗਏ ਸਾਰੇ, ਉਹਨਾਂ ਦੇ ਇੱਕ ਬਣਿਆ ਸੀ। ਅੱਛਾ, ਉਹ ਵੀ ਜੰਮੂ ਤੋਂ ਆਏ ਸਨ? ਉਹ ਮੁਸਤਫਾ ਨਹੀਂ ਹੁੰਦਾ ਉਹ ਸਿਆਲਕੋਟ, ਉਹ ਬਜਰ ਬਜਰ ਸਾਰੇ ਖਬਰ ਸਾਰੇ। ਤੁਸੀਂ ਬਾਰਡਰ ਨੰਗੇ ਕਿੱਥੇ ਆਏ ਸਭ ਤੋਂ ਪਹਿਲਾਂ, ਸਾਹ ਕਿੱਥੇ ਲਿਆ ਕੇ? ਤੁਹਾਡੀ ਬਾਗ ਪਹਿਲੇ ਇਹਨਾਂ ਪਿੰਡਾਂ ਚ ਆ ਗਈ ਸੀ? ਅੱਛਾ, ਫਿਰ ਤੁਸੀਂ ਇਹ ਪਿੰਡ ਭਾਗਣੀਆਂ ਕਿਦੋਂ ਆ ਬੈਠੇ? ਇੱਥੇ ਆ ਕੇ ਬਹਿ ਗਏ ਤਲਾ ਕੇ ਲੈਣਾ, ਮੈਂ ਲਿਆਉਂਦੀ ਸੀ ਮੂੰਜੀ ਪੱਥਰ ਕੇ, ਜਦੋਂ ਫੈਲ ਖੁੱਲ ਜਾਣਾ ਲੰਬਿਆਂ ਪੈ ਲੈਣਾ ਉੱਧਰ ਹੀ। ਆਹੋ, ਆਪਣੀ ਮੂੰਜੀ 'ਚ। ਅੱਛਾ, ਜਦੋਂ ਫੈਲ ਬੰਦ ਹੋ ਜਾਣਾ ਉੱਠ ਫਿਰ ਮੂੰਜਣਾ ਬੰਦ ਵੱਡਾ ਵੱਡਾ, ਮੈਂ ਦੋ ਮਾਣੀਆਂ ਮੂੰਜੀ ਲਿਆਉਂਦੇ ਸੀ। ਅੱਛਾ, ਵਿਆਹ ਵਿਆਹ ਅਤੇ ਉੱਧਰ ਤੁਹਾਡੇ ਖੁਸ਼ ਹੋਇਆ ਸਰ ਲੱਭ ਗਿਆ ਕਿ ਨਾ?
ਹਾਲਾਤ ਮੰਗੇ ਹਲਣਾ ਪੈ ਗਿਆ। ਅਤੇ ਇੱਥੇ ਕਿੰਨੇ ਕੁ ਜੀ ਤੁਹਾਡੇ ਪਿੰਡ 'ਚੋਂ ਆਏ ਸਨ ਭਾਗਨੀ ਉੱਥੋਂ? ਆਹੋ ਫਿਰ ਬਾਈ ਦੋ ਘਰ ਆਇਆ ਮੇਰਾ ਖਿਆਲ, ਇੱਕ ਉੱਧਰ ਖੋਲੀਆਂ ਵਾਲਾ ਅਤੇ ਇੱਕ ਅਸੀਂ ਆਇਆ। ਅਤੇ ਜ਼ਮੀਨ ਲੱਭ ਗਈ ਇੱਥੇ ਜਿੰਨੀ ਉੱਧਰ ਤਾਂ ਛੱਡ ਕੇ ਆਏ ਸੋ? ਅੱਛਾ 6 ਕਿਲੋਮੀਟਰ ਲੱਗ ਜਾਂਦੇ। 6 ਕਿਲੋ ਮਿਲੀ ਅਤੇ ਉੱਧਰ ਕਿੰਨੀ ਸੀ ਮੁਰੱਬਾ? ਹਾਂ। ਅਤੇ ਘਰ? ਘਰ ਆਪੇ ਬੋਲਿਆ। ਇੱਥੇ ਇਸ ਪਿੰਡ 'ਚ ਝੂਰ ਵੀ ਹੁੰਦੇ, ਤੁਸੀਂ ਝੂਰਾਂ ਦਾ ਘਰ ਨਹੀਂ ਲਿਆ? ਉਹ ਇੱਕ ਜਿੱਥੇ ਹੁੰਦੇ ਨਾ ਲੀਂਦਾ। ਆਹੋ ਉਹ ਵੀ ਸਾਰਾ ਪਟਾਲਾ ਦਾ ਸੀ। ਅੱਛਾ ਉਹ ਉੱਥੇ ਹਿੰਦੁਸਤਾਨੀ ਰਹਿੰਦਾ ਸੀ, ਤਾਂ ਸਾਨੂੰ ਨਹੀਂ ਲੱਭਦੀ ਜਗ੍ਹਾ ਦਾ ਜੀ। ਉਹ ਸ਼ਾਹ ਜਾਂਦੇ ਸੀ ਆਖਣ ਲੱਗਾ ਉਹ ਉੱਥੇ ਲਿਆਦੇ ਫਿਰ ਡਾਕਿਆ। ਉਹ ਹਿੰਦੂ ਕੌਣ ਸੀ? ਹਿੰਦੂ ਸੀ ਕੋਈ? ਨਹੀਂ ਬਟਵਾਲ ਸੀ। ਬਟਵਾਲ ਸੀ ਚਵਿੰਦੇ ਦਾ ਸੀ। ਉਹ ਗਿਆ ਫਿਰ ਹਫ਼ਤੇ ਬੋਲ ਲਿਆ ਇਹ ਬੋਲ ਲੱਗ ਬੋਲ ਆਉਂਦਾ ਇਹ ਇੱਥੋਂ ਤੁਸੀਂ ਚੁੱਕ ਲਓ ਬਿਸਲਾ ਪਰਾ ਆਖਿਆ ਤੂੰ ਛੋਟ ਲੈ ਦਿੱਤਾ ਚੁਕਾ ਕੇ ਵੇਖ ਤੂੰ ਮੈਂ ਕੌਣ ਹੁਣ ਚੁਕਾ ਬਿਲਕੁਲ ਸਾਡੇ ਉਹਨਾਂ ਸਾਂਭੇ ਦੇ ਮੈਂ ਖਾਉਣ ਸਾਂਭੇ ਇਸ ਤਰ੍ਹਾਂ ਹੀ ਤਾਂ ਤੂੰ ਸਾਨੂੰ ਕਿਉਂ ਇਹ ਗੱਲ ਆਉਂਦਾ ਗਿਆ ਚੁੱਪ ਕਰ ਲਿਆ ਦੋ ਦਿਨ ਤੱਕ ਫਿਰ ਭੈਣ ਨਾਲ ਫੜ ਪਾ ਲਿਆ ਮੁਕਦਮਾ ਚੱਲ ਪਿਆ ਭੈਣ ਦਾਵਾ ਕਰ ਦਿੱਤਾ ਦਾਵਾ ਕਰ ਦਿੱਤਾ ਲੱਗਾ ਚੱਲ ਗਿਆ ਉਹ ਫਿਰ ਜਦੋਂ ਬਾਪ ਹੋਇਆ ਨਾ ਉੱਥੋਂ ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡਾ ਵਿਆਹ ਇੱਧਰ ਆ ਕੇ ਫਿਰ ਹੋਇਆ ਸੀ? ਦੋਵਾਂ ਭਰਾਵਾਂ ਦੇ ਇੱਧਰ ਹੀ ਹੋਇਆ? ਉਹਦਾ ਤਾਂ ਹੁੰਦੇ ਹੋ ਗਿਆ ਸੀ ਨਾ। ਅੱਛਾ ਮੇਰਾ ਤਾਂ ਹੋਇਆ 6-7 ਸਾਲ। ਸਹੀ ਹੈ। ਅਤੇ ਤੁਹਾਡੀ ਜਿਹੜੀ ਘਰਵਾਲੀ ਸੀ ਬੇਗਮ ਸੀ ਉਹ ਵੀ ਉੱਧਰੋਂ ਹੀ ਆਏ ਸਨ ਕਿ ਇੱਧਰ ਦੇ ਸਨ? ਉੱਧਰੋਂ ਹੀ ਆਏ ਸਨ। ਠੀਕ ਹੈ ਮਾਮਾ ਜੀ ਲੱਗਦਾ ਸੀ। ਠੀਕ ਹੈ ਆਪਣੇ ਹੀ ਖਾਨਦਾਨ ਸੀ। ਅੱਛਾ ਅਤੇ ਹੁਣ ਮੈਂ ਹੁਣ ਆਖਰ 'ਤੇ ਥੋੜ੍ਹਾ ਜਿਹਾ ਇਹ ਪੁੱਛਣਾ ਵਾ ਕਿ ਜਦੋਂ ਵਿਆਹ ਤੁਹਾਡਾ ਹੋਇਆ ਸੀ ਅਤੇ ਜੰਝ ਕਿੱਥੇ ਗਈ ਸੀ? ਤਲਵਾੜੇ। ਤਲਵਾੜੇ? ਅੱਛਾ ਅੱਛਾ ਸਿਆਲਕੋਟ ਦੇ 'ਚ। ਅਤੇ ਉਦੋਂ ਤਲਵਾੜਾ ਵੱਖਰਾ ਸੀ ਕਿ ਅੱਜ ਵਾਲਾ ਹੀ ਸੀ? ਸ਼ਹਿਰ 'ਚ ਸੀ ਬਾਹਰ ਪਿੰਡ ਟੈਪ। ਅਤੇ ਜੰਝ ਕਾਹ 'ਤੇ ਗਈ ਇੱਥੋਂ? ਬੱਸ ਚਵਿੰਦੇ ਪੈਦਲ ਪੈਦਲ ਆਹੋ ਉੱਥੋਂ ਗੱਡੀ 'ਤੇ ਬੈਠੇ ਟ੍ਰੇਨ 'ਤੇ ਉੱਥੇ ਤੁਰ ਗਏ। ਕਿੰਨੇ ਕੁ ਜੀ ਹਨ? 20-25। ਸਹੀ ਹੈ। ਅਤੇ ਰਾਤ ਰਹਿ ਕੇ ਆ ਕੇ ਸਾਰ ਦਿਹਾੜੀ? ਸਾਰ ਦਿਹਾੜੀ। ਠੀਕ ਹੈ ਆਇਆ ਨਹੀਂ ਦੇ ਜੋ ਤਾਂ ਰਾਤ ਵੀ ਜੰਝਾਂ ਰਹਿੰਦੀਆਂ ਹੁੰਦੀਆਂ ਹਨ ਮਾਰੇ ਹਨ ਉੱਡੂ ਉੱਖੜ ਕੇ ਆਏ ਹੋਏ ਨਿਕਾਲ ਲੈ। ਹਾਂ ਬਿਲਕੁਲ ਸਹੀ ਹੈ। ਅੱਛਾ ਮੈਨੂੰ ਇਹ ਦੱਸੋ ਹੁਣ ਕਿ ਜਿਹੜਾ ਪਿੰਡ ਸੀ ਕੋਟ ਕੁੱਬਾ ਰਿਆਸਤ ਜੰਮੂ 'ਚ ਯਾਦ ਆਉਂਦਾ? ਰਾਤ ਰਿਹਾ ਉੱਥੇ ਖਾਬ 'ਚ
ਮਾਂ ਮੇਰੀ ਵੀ ਮੈਨੂੰ ਮਿਲ ਪਈ ਉੱਥੇ, ਫਿਰ ਮੈਂ ਉਹ ਪਾਲ ਲੱਗਿਆ ਪੈਲੀ ਸਾਰੀ ਧੂੜ ਸਾਰਾ ਖੱਟਾ, ਮੈਂ ਉਹਨੂੰ ਵੇਖਿਆ ਪੈਲੀ ਵੇਖਿਆ ਕਿ ਵੇਖਿਆ ਤੋਲ ਨਜ਼ਰ ਦੇ ਨਾਲ ਕੋਈ ਆਸਰੂ ਦੀ ਦੋ ਇੱਕ ਪੈਲੀ ਆਸਰੂ ਸੀ ਅਤੇ ਤਿੰਨਾਂ ਕਿੱਲਿਆਂ ਦੀ ਇਹ ਸੱਤਾਂ ਕਿੱਲਿਆਂ ਲੈ ਲੈ ਸੱਤਾਂ ਦੀ ਸਾਡੀ ਸੱਤਾਂ ਦੀ ਕਿੱਲਾ ਬਣ ਗਈ ਉਹਦੇ ਉਹਦੇ ਚੂਤ ਬਣ ਗਏ ਕਿ ਨਹਿਰ ਦੇ ਜਾ ਕੇ ਹੁਣ ਪਿੰਡ ਤੁਹਾਡਾ ਉੱਥੇ ਹੈਗਾ ਕੋਟਕੁਪਾ ਪਿੰਡ ਨਹੀਂ ਮੋਰਚਾ ਬਣਾਇਆ ਜਾਣਾ ਬਾਰਡਰ ਬਣ ਗਿਆ ਬਾਰਡਰ ਬਣ ਗਿਆ ਇਹੋ ਜਿਹਾ ਦਾਇਰਾ ਨਹੀਂ ਲੱਭਣਾ ਦਾਇਰਾ ਸੀ ਉੱਥੇ ਦਾਇਰਾ ਸੀ ਸਾਡਾ ਪਰ 6 ਫੁੱਟ ਉੱਚਾ ਅੱਛਾ ਪਿੰਡ ਨਾਲੋਂ ਪਿੰਡ 6 ਫੁੱਟ ਉੱਚਾ ਪਿੰਡ ਦੀਆਂ ਗਲੀਆਂ ਨਾਲੋਂ 4-6 ਫੁੱਟ ਦਾਇਰਾ ਤੂੰ ਉੱਥੇ ਕਰਦੇ ਹੋ ਜਿੱਥੇ ਮੰਡੀ ਨਾ ਛੱਡਣੀ ਹੈ ਸ਼ਾਮ ਨੂੰ ਚੁੱਕ ਕੇ ਲਾ ਜਾ ਉੱਥੋਂ ਮੰਡੀ ਖਿੱਚਣੀ ਨਹੀਂ ਪੈਣੀ ਅਤੇ ਬਸ ਮਿੰਡਾਂ ਛੰਡਾਂ ਦਿੰਦੀਆਂ ਹੋਣੀਆਂ ਨੇ ਦਾਇਰੇ ਬਿਠਾਉਣੀਆਂ ਨੇ ਜੰਜਾਂ ਵੀ ਉੱਥੇ ਹੀ ਉੱਥੇ ਬਿਠਾਉਣੀ ਗਮੀ ਖੁਸ਼ੀ ਉੱਥੇ ਹੀ ਇਹਨੂੰ ਵਿਆਹਣ ਗਏ ਨਾ ਖੋਨੀਆਂ ਦੇ ਮੁੰਡੇ ਦੇ ਉਹ ਪਾਣੀ ਪਿਆ ਲੈਣਾ ਪਾਣੀ ਚੰਗਾ ਬਣਾਇਆ ਦਾ ਸੀ ਉਹ ਪੀ ਕੇ ਪੀਤੀ ਨਹੀਂ ਅਤੇ ਉਹ ਫਿਰ ਅਲੋੜ ਬਣਾ ਤੇ ਸਫਾ ਦੇ ਹੇਠਾਂ ਲਾਂਬਾ ਇੱਕ ਨੇ ਆ ਕੇ ਆਖਿਆ ਬਾਈ ਪਾਣੀ ਥੱਲੇ ਰੋਡ ਦੇ ਵਿੱਚ ਆਉਂਦਾ ਰੋਡ ਦੇ ਵਿੱਚ ਖੂਨ ਮੁੱਕ ਜਾਂਦਾ ਸਾਡਾ ਜਿੰਨਾ ਮਰਜ਼ੀ ਖੁੱਲ੍ਹੇ ਦਿਲ ਦੇ ਅਤੇ ਚਾਚਾ ਉੱਥੇ ਕੋਈ ਬੰਦਿਆਂ ਦੇ ਨਾਂ ਦੱਸੋ ਨਾ ਪਿੰਡ ਦੇ ਜਿਹੜੇ ਉਸ ਵੇਲੇ ਤੁਹਾਨੂੰ ਕੋਈ ਯਾਦ ਨੇ ਉਹ ਭਾਵੇਂ ਝੂਰ ਸਨ ਜਾਂ ਮੁਸਲਮਾਨ ਸਨ ਜਾਂ ਤੁਹਾਡੇ ਹਾਣੀ ਜਿਹੜੇ ਸਨ ਹਾਣੀ ਜਿਹੜੇ ਨੇ ਉਹ ਜਿਹੜੇ ਤਿੰਨ ਚਾਰ ਹਾਲੇ ਚਾਰ ਮੁੰਡ ਪਾ ਗਿਆ ਵੱਡੇ ਪਿਛੜੇ ਵੀ ਜਿਹੜੇ ਮਰਜ਼ੀ ਦਾ ਅੱਛਰ ਜਿਹੜੇ ਚੇਤੇ ਨੇ ਉੱਚੀ ਤਰ੍ਹਾਂ ਦੱਸਿਓ ਉੱਚੀ ਸਰਦਾਰ ਖਾਂ ਅੱਛਾ ਮਾਈ ਖਾਂ ਲਾਲ ਖਾਂ ਸਾਈ ਗਲਦਾਰ ਝੂਰਾਂ ਦੇ ਕਿਹਦਾ ਨਾਂ ਨਹੀਂ ਯਾਦ ਦਾ ਨਾਂ ਯਾਦ ਦੱਸੋ ਗੋਪੀ ਕਿਹਦੇ ਨਾਂ ਸੀ ਗੋਪੀ 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 ਅੱਛਾ ਇੱਕ ਦੇ ਨਾਂ ਸੀ ਸੰਤੋ ਸੰਤੋ ਅੱਛਾ ਅੱਛਾ ਗੋਪੀ ਅਤੇ ਸੰਤੋ ਝੂਰਾਂ ਦੇ ਹੈ ਸਨ ਇਹ ਭਾਈ ਸਨ ਜਾਂ ਮੁੰਡੇ ਸਨ ਬੰਦੇ ਸਨ ਅੱਛਾ ਵਡੇਰੇ ਤੁਹਾਡੇ ਤੋਂ ਵਡੇਰੇ ਸਨ ਠੀਕ ਹੈ ਸਹੀ ਹੋ ਗਿਆ ਅਤੇ ਆਪਣਾ ਚਾਚਾ ਜੀ ਤੁਹਾਡੀਆਂ ਗੱਲਾਂ ਦੇ ਦਿਲ ਕਰਦਾ ਹੋਰ ਕਰਦੇ ਰਹੀਏ ਲੇਕਿਨ ਬੜੀ ਮਿਹਰਬਾਨੀ ਕਿ ਤੁਸੀਂ ਕੁਝ ਤੁਹਾਡੀਆਂ ਯਾਦਾਂ ਜਿਹੜੀਆਂ ਪੁਰਾਣੀਆਂ ਉਹ ਸ਼ੇਅਰ ਕੀਤੀਆਂ ਨੇ ਅਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਵਕਤ ਗੁਜ਼ਰ ਗਿਆ ਅਤੇ ਬਜ਼ੁਰਗ ਵੀ ਹੌਲੀ ਹੌਲੀ ਮੁੱਕਦੇ ਜਾ ਰਹੇ ਨੇ ਜਿੱਥੇ ਰਹੋ ਖੁਸ਼ ਰਹੋ ਅੱਲਾ ਹਾਫਿਜ਼